ਪਹਿਲਾਂ ਐ ਸੀ ਵੀ ਚਲੋ ਵੀ ਸਟਾਰ ਲੈ ਲਓ ਫਿਲਮ ਬਣ ਜਾਂਦੀ ਹੈ ਬਟ ਉਹਦੇ ਲਈ ਜਿੰਨਾ ਕੁ ਇੰਪੋਰਟੈਂਟ ਰੋਲ ਸਪੋਰਟਿੰਗ ਕਾਸਟ ਨਿਭਾਉਂਦੀ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਪਿੱਲਰਸ ਸਿਰਫ ਸਪੋਰਟਿੰਗ ਕਰੈਕਟਰ ਸੀ ਜਿਵੇਂ ਮਤਲਬ ਵੀ ਆਦਤ ਹੀ ਹੈ ਜਾਂ ਤੁਸੀਂ ਕਹਿ ਰਹੇ ਹੋ ਵੀ ਮੇਰੀ ਟੀ ਆਰ ਪੀ ਹੈ ਕਿ ਮੈਂ ਇੱਕ ਬਿਲਕੁਲ ਹੀ ਅਲੱਗ ਕਰੈਕਟਰ ਬਣਾ ਕੇ ਪੇਸ਼ ਕਰਦਾ ਅੱਠ ਤੋਂ ਨੌ ਕਿਲੋ ਵੇਟ ਲੂਜ਼ ਕੀਤਾ ਮੈਨੂੰ ਲੱਗਦਾ ਆਪਣੇ ਆਪ ਹੋ ਗਿਆ ਉਹ ਸੋਚ ਕੇ ਹਾਂ ਬਸ ਆਪਣੇ ਆਪ ਹੀ ਹੋ ਗਿਆ ਉਹ ਸੋਚ ਕੇ ਵੀ ਥੋੜ੍ਹੀ ਮਿਹਨਤ ਵੀ ਕੀਤੀ ਹੈ ਸੋ ਡਾਇਰੈਕਟਰ ਸਾਹਿਬ ਦੀ ਗੱਲਬਾਤ ਤੋਂ ਇੰਨਾ ਕਲੀਅਰ ਹੋ ਗਿਆ ਕਿ ਹਰ ਵਾਰ ਦੀ ਤਰ੍ਹਾਂ ਬਨੀ ਤੋਂ ਕੁਝ ਨੈਕਸਟ ਲੈਵਲ ਜਿੱਦਾਂ ਕਿ ਉਹਨਾਂ ਦੀ ਆਡੀਅੰਸ ਉਹਨਾਂ ਦੇ ਫੈਨਸ ਅਸੀਂ ਸਾਰੇ ਐਕਸਪੈਕਟ ਕਰਦੇ ਹਾਂ ਕਿਉਂਕਿ ਰੰਗਮੰਚ ਨਾਲ ਜੁੜੇ ਹੋਏ ਨੇ ਔਰ ਕਰੈਕਟਰ ਰੋਲਸ ਦੇ ਵਿੱਚ ਹਮੇਸ਼ਾ ਇਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤਾ ਸੋ ਫਿਰ ਮਾਮਲਾ ਗੜਬੜ ਹੈ ਦੇ ਵਿੱਚ ਇੱਕ ਮਾਮਲਾ ਫਿਰ ਗੜਬੜ ਹੋਣ ਜਾ ਰਿਹਾ ਬਨੀ ਦੇ ਥਰੂ ਬਿਲਕੁਲ ਜੀ ਬਿਲਕੁਲ ਮੇਰੇ ਥਰੂ ਹੀ ਹੋ ਰਿਹਾ ਜੀ ਬਸ ਕਿ ਗੜਬੜ ਸਾਰੀ ਮੇਰੇ ਕਰੈਕਟਰ 'ਤੇ ਟਿਕੀ ਹੈ ਮੈਂ ਹੀ ਗੜਬੜ ਕਰਦਾ ਅਤੇ ਕਲਾਈਮੈਕਸ ਇੰਟਰਵਲ ਸਾਰਾ ਮੇਰੇ 'ਤੇ ਟਿਕਿਆ ਸੋ ਪੱਕੀ ਗੱਲ ਹੈ ਗੜਬੜ ਹੋਏਗੀ ਅਤੇ ਤੁਸੀਂ ਇੰਜੋਏ ਕਰੋਗੇ ਸਾਰੇ ਅੱਛਾ ਜਿੱਦਾਂ ਕਿ ਡਾਇਰੈਕਟਰ ਸਾਹਿਬ ਨੇ ਗੱਲ ਕੀਤੀ ਸੀ ਸਾਗਰ ਜੀ ਨੇ ਕਿ ਇਸ ਫਿਲਮ ਦਾ ਜਿਹੜਾ ਬਣੀ ਕੌਨਸੈਪਟ ਹੈ ਉਹ ਕਿਤੇ ਨਾ ਕਿਤੇ ਕਾਫੀ ਚੈਲੇਂਜਿੰਗ ਹੈ ਨਾ ਕਿਉਂਕਿ ਆਪਾਂ ਉਹਨਾਂ ਦਾ ਇੱਕ ਫੇਜ਼ ਦੇਖਦੇ ਹਾਂ ਜਾਂ ਦੋ ਫੇਜ਼ ਦੇਖਦੇ ਹਾਂ ਜੋ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਦੇਖਦੇ ਹਾਂ ਉਸ ਤੋਂ ਹਟ ਕੇ ਵੀ ਉਹਨਾਂ ਦੀ ਇੱਕ ਜ਼ਿੰਦਗੀ ਹੈ ਜੋ ਇਸ ਫਿਲਮ ਦੇ ਵਿੱਚ ਵਿਖਾਈ ਗਈ ਹੈ ਕਿੰਨਰਸ ਦੀ ਲਾਈਫ ਦਾ ਇੱਕ ਇਮੋਸ਼ਨਲ ਐਂਗਲ ਇਸ ਫਿਲਮ ਦੇ ਵਿੱਚ ਵਿਖਾਇਆ ਗਿਆ ਸੋ ਜਦੋਂ ਤੁਸੀਂ ਸਕ੍ਰਿਪਟ ਸੁਣੀ ਤੁਹਾਨੂੰ ਲੱਗਾ ਕਿ ਹਾਂ ਇਸ ਚੀਜ਼ 'ਤੇ ਵਰਕ ਹੋਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਅਸੀਂ ਮੈਂ ਥੀਏਟਰ ਤੋਂ ਜੁੜੇ ਹੋਏ ਹਾਂ ਅਸੀਂ ਇਸ 'ਤੇ ਪਲੇ ਵੀ ਕੀਤੇ ਹਾਂ ਤੋ ਉਹਨਾਂ ਦੀ ਬੜੀ ਉਹਨਾਂ ਦੇ ਵੀ ਇਮੋਸ਼ਨਸ ਨੇ ਉਹਨਾਂ ਦੀ ਵੀ ਫੀਲਿੰਗਸ ਹੈ ਸੋ ਉਹ ਅਣਗੌਲੀਆਂ ਕਰ ਦਿੰਦੇ ਆਪਾਂ ਕਈ ਵਾਰ ਵੀ ਉਹਨਾਂ ਨੂੰ ਸਮਾਜ ਤੋਂ ਅਲੱਗ ਹੀ ਕਰ ਦਿੰਦੇ ਬਟ ਉਹ ਵੀ ਆਪਣੇ ਸਮਾਜ ਦਾ ਹਿੱਸਾ ਅਤੇ ਉਹਨਾਂ ਦੇ ਜੋ ਇਮੋਸ਼ਨਸ ਨੇ ਉਹਨਾਂ ਦੀ ਫੀਲਿੰਗਸ ਨੇ ਅਸੀਂ ਇਸ ਫਿਲਮ 'ਚ ਦਿਖਾਈਆਂ ਨੇ ਅੱਛਾ ਮਗਰ ਸਿੰਘ ਦਾ ਕਰੈਕਟਰ ਬੜਾ ਜ਼ਿਆਦਾ ਫੇਮਸ ਹੋਇਆ ਸੀ ਬੜਾ ਪਿਆਰ ਮਿਲਿਆ ਸੀਗਾ ਉਸ ਕਰੈਕਟਰ ਨੂੰ ਰਾਈਟ ਅਤੇ ਉਸ ਤੋਂ ਬਾਅਦ ਅਸੀਂ ਹਰ ਫਿਲਮ ਦੇ ਵਿੱਚ ਤੁਹਾਡੇ ਦੇਖਿਆ ਹੈ ਤੁਹਾਡੇ ਇੱਕ ਨਿੱਕਾ ਜਲਦਰ ਦਾ ਡਾਇਲੋਗ ਬੜਾ ਤੁਹਾਡਾ ਐਂਟਰਟੇਨਿੰਗ ਸੀਗਾ ਕਿ ਮੈਂ ਚਾਹੁੰਦਾ ਜਰਦਾ ਕੋਈ ਚੁੱਕ ਕੇ ਝੂਲੇ 'ਚ ਪਾ ਦੇ ਮਤਲਬ ਹਰ ਫਿਲਮ ਦੇ ਵਿੱਚ ਤੁਸੀਂ ਇੱਕ ਫਲੇਵਰ ਛੱਡ ਦਿੰਦੇ ਹੋ ਸੋ ਇਸ ਫਿਲਮ ਦਾ ਕਰੈਕਟਰ ਵੀ ਲੋਕ ਇੱਦਾਂ ਹੀ ਯਾਦ ਰੱਖਣਗੇ ਬਣੀ ਬਿਲਕੁਲ ਮੈਮ ਮੇਰੀ ਤਾਂ ਮਤਲਬ ਵੀ ਆਦਤ ਹੀ ਹੈ ਜਾਂ ਤੁਸੀਂ ਕਹਿ ਰਹੇ ਹੋ ਵੀ ਮੇਰੀ ਟੀ ਆਰ ਪੀ ਹੈ ਕਿ ਮੈਂ ਇੱਕ ਬਿਲਕੁਲ ਹੀ ਅਲੱਗ ਕਰੈਕਟਰ ਬਣਾ ਕੇ ਪੇਸ਼ ਕਰਦਾ ਸੋ ਇਸ ਵਿੱਚ ਵੀ ਇੱਦਾਂ ਕਿ ਲੋਕ ਯਾਦ ਕਰਨਗੇ ਮੇਰੇ ਕਰੈਕਟਰ ਦਾ ਨਾਮ ਲੱਖਾ ਅਤੇ ਲੱਖੇ ਨੂੰ ਲੋਕ ਯਾਦ ਕਰਨਗੇ ਮੈਂ ਕਹਿੰਦੀ ਹਾਂ ਕਿ ਲੱਖੇ ਨੂੰ ਲੱਖੋਂ ਵੱਧ ਪਿਆਰ ਮਿਲੇ ਲੇਕਿਨ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਇਸ ਦੇ ਲਈ ਕੁਝ ਖਾਸ ਪ੍ਰੈਪਰੇਸ਼ਨਸ ਕਰ ਰਹੀਆਂ ਪਈਆਂ ਤੁਹਾਨੂੰ ਹਾਂਜੀ ਮੈਂ 8 ਤੋਂ 9 ਕਿਲੋ ਵੇਟ ਲੂਜ਼ ਕੀਤਾ ਮੈਨੂੰ ਲੱਗਦਾ ਆਪਣੇ ਆਪ ਹੋ ਗਿਆ ਉਹ ਸੋਚ ਕੇ ਹਾਂ ਬਸ ਆਪਣੇ ਆਪ ਹੀ ਹੋ ਗਿਆ ਉਹ ਸੋਚ ਕੇ ਵੀ ਥੋੜ੍ਹੀ ਮਿਹਨਤ ਵੀ ਕੀਤੀ ਹੈ ਅਤੇ ਬਸ ਇਹੀ ਪ੍ਰੈਪਰੇਸ਼ਨ ਕਹਿ ਸਕਦੇ ਹਾਂ ਅੱਛਾ ਬਨੀ ਵੈਸੇ ਨੋਰਮਲੀ ਕੀ ਹੁੰਦਾ ਕਿ ਅਸੀਂ ਜਦੋਂ ਕੋਈ ਵੀ ਕੰਮ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਮਾਈਂਡ ਦੇ ਵਿੱਚ ਨਰਵਸਨੈਸ ਹੁੰਦੀ ਹੈ ਐਕਸਾਈਟਮੈਂਟ ਵੀ ਹੁੰਦੀ ਹੈ ਨਾ ਲੇਕਿਨ ਤੁਸੀਂ ਥੀਏਟਰ ਆਰਟਿਸਟ ਹੋ ਇੱਦਾਂ ਕਿਹਾ ਜਾਂਦਾ ਕਿ ਥੀਏਟਰ ਦੇ ਵਿੱਚ ਹਰ ਇਮੋਸ਼ਨ ਨੂੰ ਹੰਢਾਇਆ ਜਾਂਦਾ ਸੋ ਲੇਕਿਨ ਜਦੋਂ ਅੱਜ ਤੁਸੀਂ ਫਿਲਮਾਂ ਕਰਦੇ ਹੋ ਤੁਹਾਨੂੰ ਰੋਲ ਮਿਲਦਾ ਹੈ ਸੈੱਟ 'ਤੇ ਜਾਂਦੇ ਹੋ ਸੋ ਇੱਕ ਨਰਵਸਨੈਸ ਕਿਤੇ ਨਾ ਕਿਤੇ ਹੁੰਦੀ ਹੈ ਆਪਣੇ ਕਰੈਕਟਰ ਨੂੰ ਲੈ ਕੇ ਹਾਂਜੀ ਹਾਂਜੀ ਹਮੇਸ਼ਾ ਹੁੰਦੀ ਹੈ ਜਿਵੇਂ ਇੱਕ ਆਰਟਿਸਟ ਦੇ ਵਿੱਚ ਹੋਣੀ ਵੀ ਚਾਹੀਦੀ ਹੈ ਮੈਂ ਬਿਲੀਵ ਕਰਦਾ ਕਿਉਂਕਿ ਜਦੋਂ ਅਸੀਂ ਥੀਏਟਰ 'ਚ ਨਾਟਕ ਸ਼ੁਰੂ ਹੁੰਦਾ ਸੀ ਪਰਦੇ ਪਿੱਛੇ ਹੁੰਦੇ ਹਾਂ ਤਾਂ ਅਸੀਂ ਜਦੋਂ ਐਂਟਰੀ ਕਰਦੇ ਹਾਂ ਤਾਂ ਸਾਡੇ ਕੁਤਕਤਾਰੀਆਂ ਹੀ ਉੱਠਦੀਆਂ ਇੱਕ ਨਰਵਸਨੈਸ ਹੀ ਹੁੰਦੀ ਆ ਉਹ ਪਰ ਜਦੋਂ ਅਸੀਂ ਐਂਟਰ ਕਰ ਜਾਂਦੇ ਹਾਂ ਫਿਰ ਬਸ ਕਰੈਕਟਰ ਹੀ ਹੁੰਦਾ ਉਹ ਇੱਦਾਂ ਹੀ ਫਿਲਮ 'ਚ ਜਦੋਂ ਅਸੀਂ ਫਸਟ ਡੇ ਹੁੰਦੇ ਹਾਂ ਤਾਂ ਥੋੜ੍ਹਾ ਨਰਵਸਨੈਸ ਹੁੰਦੀ ਆ ਵੀ ਕਿਉਂਕਿ ਮਾਹੌਲ ਦੇ ਅਕੋਰਡਿੰਗ ਆਪਣੇ ਆਪ ਨੂੰ ਢਾਲਣਾ ਹੁੰਦਾ ਸੋ ਫਸਟ ਡੇ ਨਰਵਸਨੈਸ ਹੁੰਦੀ ਆ ਬਾਕੀ ਉਹ ਤੋਂ ਬਾਅਦ ਫਿਰ ਚੱਲ ਪੈਂਦਾ ਕੰਮ ਵਧੀਆ ਅੱਛਾ ਵੈਸੇ ਫਿਲਮਾਂ ਦੇ ਵਿੱਚ ਹੁਣ ਤਾਂ ਬਹੁਤ ਕੁਝ ਨਜ਼ਰੀਆ ਚੇਂਜ ਹੋ ਗਿਆ ਫਿਲਮਾਂ ਨੂੰ ਲੈ ਕੇ ਪਹਿਲੇ ਕੀ ਹੁਣ ਕੀ ਪਹਿਲੇ ਪਹਿਲੇ ਇਹ ਮੰਨਿਆ ਜਾਣ ਲੱਗ ਗਿਆ ਸੀਗਾ ਕਿ ਫਿਲਮ ਦੀ ਕਾਸਟ ਇੰਪੋਰਟੈਂਟ ਹੋਣੀ ਬਹੁਤ ਜ਼ਰੂਰੀ ਹੈ ਵੱਡੇ ਨਾਮ ਵੱਡੇ ਚਿਹਰੇ ਹੋਣੇ ਜ਼ਰੂਰੀ ਤਾਂ ਫਿਲਮ ਚੱਲੇਗੀ ਬਟ ਹੁਣ ਕਿਤੇ ਨਾ ਕਿਤੇ ਇਹ ਚੀਜ਼ ਚੇਂਜ ਹੋ ਗਈ ਕਿਉਂਕਿ ਕਰੈਕਟਰਸ ਦਾ ਫਿਲਮ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਹੈ ਇਹ ਡਿਫਰੈਂਸ ਤੁਸੀਂ ਹੰਢਾਇਆ ਬਣੀ ਸੋ ਇਹ ਜਰਨੀ ਕਿੱਦਾਂ ਦੀ ਸੀ ਤੁਹਾਡੀ ਔਰ ਤੁਸੀਂ ਇਸ ਚੀਜ਼ ਨੂੰ ਕਿੱਦਾਂ ਚੇਂਜ ਹੁੰਦੇ ਵੇਖਿਆ ਚੇਂਜ ਮੈਂ ਇੱਦਾਂ ਹੁੰਦੇ ਦੇਖਿਆ ਵੀ ਦੇਖੋ ਪਹਿਲਾਂ ਐਂ ਸੀ ਵੀ ਚਲੋ ਵੀ ਸਟਾਰ ਲੈ ਲਓ ਫਿਲਮ ਬਣ ਜਾਂਦੀ ਹੈ ਬਟ ਉਹਦੇ ਲਈ ਜਿੰਨਾ ਕੁ ਇੰਪੋਰਟੈਂਟ ਰੋਲ ਸਪੋਰਟਿੰਗ ਕਾਸਟ ਨਿਭਾਉਂਦੀ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਪਿੱਲਰਸ ਸਿਰਫ ਸਪੋਰਟਿੰਗ ਕਰੈਕਟਰ ਸੀ ਜਿਵੇਂ ਮੈਂ ਨਾਮ ਤਾਂ ਨਹੀਂ ਲੈਣਾ ਚਾਹਾਂਗਾ ਵੀ ਬਹੁਤ ਆਪਣੀ ਇੰਡਸਟਰੀ 'ਚ ਇਹੋ ਜਿਹੇ ਕਰੈਕਟਰ ਨੇ ਇਹੋ ਜਿਹੇ ਐਕਟਰਸ ਨੇ ਜੋ ਹਰ ਫਿਲਮ 'ਚ ਪਿੱਲਰ ਬਣ ਕੇ ਸਾਬਤ ਹੋਏ ਆ ਸੋ ਬਹੁਤ ਜ਼ਿਆਦਾ ਸਿਨੈਰੀਓ ਚੇਂਜ ਹੋਇਆ ਅਤੇ ਨਵੇਂ ਨਵੇਂ ਕਨਸੈਪਟ ਆ ਰਹੇ ਹਾਂ ਸੋ ਥੀਏਟਰ ਐਕਟਰਸ ਨੇ ਜੋ ਉਹਨਾਂ ਨੂੰ ਬਹੁਤ ਜ਼ਿਆਦਾ ਕੰਮ ਮਿਲ ਰਿਹਾ
ਤੇ ਹੋਪ ਇੰਡਸਟਰੀ ਤਰੱਕੀ ਕਰੇ ਤੇ ਹੋਰ ਵੀ ਥੀਏਟਰ ਆਰਟਿਸਟਾਂ ਨੂੰ ਕੰਮ ਮਿਲੇ। ਅੱਛਾ ਇੱਕ ਬਹੁਤ ਅਹਿਮ ਸਵਾਲ, ਜਦੋਂ ਅਸੀਂ ਹਮੇਸ਼ਾ ਤੋਂ ਜਾਣਦੇ ਹਾਂ ਕਿ ਇੱਥੇ ਨਾ ਜਿਹੜਾ ਟ੍ਰੀਟਮੈਂਟ ਲੈਵਲ ਹੈ ਉਹਦਾ ਥੋੜਾ ਜਿਹਾ ਖਿਆਲ ਰੱਖਿਆ ਜਾਂਦਾ ਹੈ, ਇਹ ਸਟਾਰ ਹੈ, ਅੱਛਾ ਇਹ ਕਰੈਕਟਰ ਹੈ, ਇਹ ਇਹ ਮੇਕਅਪ ਆਰਟਿਸਟ ਹੈ, ਇਸ ਤਰ੍ਹਾਂ ਦਾ। ਆਈ ਐਮ ਸ਼ੋਰ ਤੁਸੀਂ ਵੀ ਐਕਸਪੀਰੀਅੰਸ ਹੰਡਾਇਆ ਹੋਏਗਾ, ਲੇਕਿਨ ਬਣੀ ਤੁਹਾਨੂੰ ਮੈਂ ਬਹੁਤ ਡੀਪ ਨਹੀਂ ਜਾਵਾਂਗੀ ਕਿਉਂਕਿ ਮਾਹੌਲ ਬਹੁਤ ਖੁਸ਼ਨੁਮਾ ਜਿਹਾ, ਸੋ ਮੈਂ ਚਾਹੁੰਦੀ ਹਾਂ ਸਭ ਇੱਧਰ, ਲੇਕਿਨ ਕਿਹੜੀ ਫਿਲਮ ਤੋਂ ਬਾਅਦ ਤੁਹਾਨੂੰ ਪਰਸਨਲੀ ਫੀਲ ਹੋ ਕਿ ਯੈਸ ਇਹ ਮੈਂ ਅਚੀਵ ਕਰਨਾ ਚਾਹੁੰਦਾ ਸੀ, ਇਹ ਮੈਂ ਬਹੁਤ ਹੱਦ ਤੱਕ ਕੀਤਾ ਹੈ, ਨਾਓ ਆਮ ਅ ਸਟਾਰ। ਨਿੱਕਾ ਜਲਦਾ 1 ਔਰ ਨਿੱਕਾ ਜਲਦਾ 2 ਨੇ ਵਾਕਈ ਕਰੈਕਟਰ ਰੋਲਸ ਕੀ ਹੁੰਦੇ ਨੇ ਇਸਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਫਰੇਮ ਕੀਤਾ ਹੈ। ਨਿਰਮਲ ਰਿਸ਼ੀ ਮੈਮ ਬਹੁਤ ਅੱਛਾ ਐਗਜ਼ਾਮਪਲ ਹੈ ਇਸ ਚੀਜ਼ ਦਾ। ਸੋ ਬਣੀ ਵਾਟ ਨੈਕਸਟ, ਇਸ ਤੋਂ ਬਾਅਦ ਹੋਰ ਵੀ ਮਾਮਲੇ ਗੜਬੜ ਹੋਣ ਦੀ ਤਿਆਰੀ ਹੋ ਚੁੱਕੀ ਹੈ? ਬਿਲਕੁਲ ਬਿਲਕੁਲ, ਤਾਂ ਚਲੋ ਪਰਮਾਤਮਾ ਦਾ ਅਸੀਂ ਸ਼ੁਕਰ ਕਰਦੇ ਹਾਂ ਵੀ ਇੰਡਸਟਰੀ ਫੇਰ ਤੋਂ ਹੁਣ ਕੰਮ ਸ਼ੁਰੂ ਹੋਇਆ, ਨਹੀਂ ਸਾਲ ਹੋ ਗਿਆ ਸੀ ਘਰ ਹੀ ਬੈਠੇ ਸੀ, ਸੋ ਕਾਫੀ ਫਿਲਮਾਂ ਦੀ ਪਲੈਨਿੰਗ ਚੱਲ ਰਹੀ ਹੈ, ਮੀਟਿੰਗਸ ਚੱਲ ਰਹੀਆਂ, ਸੋ ਹੋਪਸ ਹੋ ਕੇ ਗੁੱਡ ਹੋਏਗਾ ਸਾਰਾ ਕੁਝ। ਸੋ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਜਦੋਂ ਤੱਕ ਤੁਸੀਂ ਆਪਣਾ ਸਟਰਗਲ ਸ਼ੁਰੂ ਕੀਤਾ ਔਰ ਜਿਹੜੇ ਜਿਹੜੇ ਸੁਪਨੇ ਤੁਸੀਂ ਬੁਨੇ ਹੈ, ਆਈ ਵਿਸ਼ ਕਿ ਭਗਵਾਨ ਰੱਬ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ, ਅਸੀਂ ਤੁਹਾਨੂੰ ਦੇਖੀਏ। ਇੱਦਾਂ ਹੀ ਇੱਕ ਸਵਾਲ ਬਹੁਤ ਅਹਿਮ ਲੀਕ ਤੋਂ ਹਟ ਕੇ ਹੈ, ਇਸ ਫਿਲਮ ਤੋਂ ਹਟ ਕੇ ਹੈ, ਕਿਸਾਨੀ ਅੰਦੋਲਨ ਨੂੰ ਲੈ ਕੇ ਕਿ 26 ਤੋਂ ਬਾਅਦ ਸਿਨੈਰੀਓ ਪੂਰਾ ਚੇਂਜ ਹੋ ਚੁੱਕਿਆ ਹੈ, ਹੁਣ ਮੁੜ ਤੋਂ ਉਸ ਚੀਜ਼ ਦੇ ਲਈ ਪਲੈਨਿੰਗਸ ਚੱਲ ਰਹੀਆਂ ਨੇ ਔਰ ਸਾਡੇ ਜਿਹੜੇ ਪੰਜਾਬੀ ਲੋਕ ਨੇ, ਜਿਹੜੇ ਕਿਸਾਨ ਨੇ, ਉਹਨਾਂ ਦਾ ਜਿਹੜਾ ਨਜ਼ਰੀਆ ਹੈ ਉਹ ਕਿਤੇ ਨਾ ਕਿਤੇ ਚੇਂਜ ਹੋ ਚੁੱਕਿਆ। ਤੁਸੀਂ ਕੀ ਕਹਿਣਾ ਚਾਹੋਗੇ ਕਿ ਹੁਣ ਕੀ ਰੁੱਖ ਲੈ ਸਕਦਾ ਜਾਂ ਲਏਗਾ? ਮੈਂ ਤਾਂ ਬਸ ਇਹੀ ਬਿਲੀਵ ਕਰਦਾ ਵੀ ਦੇਖ, ਲੋਕ ਡਟੇ ਹੋਏ ਨੇ ਵੀ ਸਰਕਾਰ ਨੂੰ ਉਹਨਾਂ ਦੀ ਜੋ ਮੰਗਾਂ ਉਹ ਮੰਨਣੀਆਂ ਚਾਹੀਦੀਆਂ, ਅਤੇ ਐਂਡ 'ਚ ਮੈਂ ਹੀ ਕਹਾਂਗਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਅਤੇ ਸਭ ਵਧੀਆ ਹੋਏਗਾ, ਪਰਮਾਤਮਾ ਸੁੱਖ ਰੱਖੇ। ਐਂਡ ਅਸੀਂ ਵੀ ਇਹ ਵਿਸ਼ ਕਰਦੇ ਹਾਂ ਕਿ ਤੁਹਾਡੀ ਇਹ ਫਿਲਮ, ਤੁਹਾਡਾ ਇਹ ਕਿਰਦਾਰ ਹਮੇਸ਼ਾ ਵਾਂਗੂ ਆਡੀਅੰਸ ਵੱਲੋਂ ਐਕਸੈਪਟ ਕੀਤਾ ਜਾਵੇ, ਬਹੁਤ ਪਿਆਰ ਮਿਲੇ, ਐਂਡ ਇਸੇ ਤਰ੍ਹਾਂ ਤੁਸੀਂ ਚੈਲੇਂਜਿੰਗ ਰੋਲ ਔਰ ਅੱਗੇ ਵਧੀਆ ਕੰਮ ਕਰਦੇ ਰਹੋ, ਐਂਡ ਅਸੀਂ ਤੁਹਾਨੂੰ ਇਸੇ ਤਰ੍ਹਾਂ ਅੱਗੇ ਵੱਧਦੇ ਹੋਏ ਦੇਖਦੇ ਰਹੀਏ।